ਅਸੀਂ ਅੱਜ ਆਕਾਸ਼ ਗੰਗਾ ਦੇ ਪਾਰਕਿੰਗ ਲੋਟ ਵਿੱਚ ਬੈਠੇ ਹਾਂ ਜੋ ਕਿ ਆਯੂਕਾ ਪੁਣੇ ਵਿੱਚ ਹੈ। ਆਯੂਕਾ ਇੱਕ ਖਗੋਲੀ ਖੋਜ ਕੇਂਦਰ ਹੈ ਜੋ ਕਿ ਪੁਣੇ ਯੂਨੀਵਰਸਿਟੀ ਦੇ ਅਧੀਨ ਹੈ। ਅੱਜ ਅਸੀਂ ਇੱਕ ਬਹੁਤ ਹੀ ਮਹੱਤਵਪੂਰਨ ਦਰਖਤ ਨੀਚੇ ਬੈਠੇ ਹਾਂ। ਹਿੰਦੀ ਵਿੱਚ ਇਸਨੂੰ ਕਦੰਬ ਕਿਹਾ ਜਾਂਦਾ ਹੈ। ਕਦੰਬ ਨੂੰ ਸੂਰਦਾਸ ਇੱਕ ਹਿੰਦੀ ਕਵੀ ਨੇ ਅਮਰ ਬਣਾਇਆ ਜੋ ਕਿ ਭਗਵਾਨ ਕ੍ਰਿਸ਼ਨ ਦੀ ਉਸਤਤ ਵਿੱਚ ਕਵਿਤਾਵਾਂ ਲਿਖਦੇ ਸਨ। ਭਗਵਾਨ ਕ੍ਰਿਸ਼ਨ ਇਸ ਦਰਖਤ ਨੀਚੇ ਬੈਠ ਕੇ ਬੰਸਰੀ ਵਜਾਉਂਦੇ ਸਨ ਅਤੇ ਉਹਨਾਂ ਦੇ ਸਾਹਮਣੇ ਯਮੁਨਾ ਨਦੀ ਬਹਿ ਰਹੀ ਹੁੰਦੀ ਸੀ। ਇਹ ਕਦਮ ਦਾ ਫਲ ਹੈ ਜੋ ਕਿ ਇੱਕ ਟੈਨਿਸ ਦੀ ਗੇਂਦ ਵਾਂਗ ਹੈ ਪਰ ਫੁੱਲਾਂ ਨਾਲ ਭਰਿਆ ਹੋਇਆ ਹੈ। ਕਦਮ ਦੇ ਦਰਖਤ ਦੀ ਖਗੋਲੀ ਮਹੱਤਤਾ ਵੀ ਬਹੁਤ ਹੈ। ਕਿਹਾ ਜਾਂਦਾ ਹੈ ਕਿ ਭਾਰਤ ਦੇ ਬਹੁਤ ਹੀ ਮਸ਼ਹੂਰ ਖਗੋਲੀ ਵਿਗਿਆਨੀ ਆਰਿਆਭੱਟ ਕਦਮ ਦੇ ਬੋਲ 'ਤੇ ਲੱਗੇ ਇਹਨਾਂ ਫੁੱਲਾਂ ਦੀ ਕਲਪਨਾ ਧਰਤੀ ਉੱਤੇ ਖੜ੍ਹੇ ਇਨਸਾਨਾਂ ਵਾਂਗ ਕਰਦੇ ਸਨ ਅਤੇ ਉਹ ਸਾਰੇ ਹੀ ਧਰਤੀ ਦੇ ਸੈਂਟਰ ਵੱਲ ਖਿੱਚੇ ਜਾਂਦੇ ਸਨ ਕਿਉਂਕਿ ਧਰਤੀ ਦੀ ਗੁਰੂਤਵਾ ਸ਼ਕਤੀ ਉਹਨਾਂ ਨੂੰ ਖਿੱਚ ਰਹੀ ਸੀ। ਮੈਂ ਇੱਕ ਸਟਿੱਕ ਲੈ ਕੇ ਉਸਨੂੰ ਇੱਕ ਬੋਲ ਦੇ ਸਿਰੇ ਉੱਤੇ ਖੁਬੋ ਕੇ ਇੱਕ ਇਨਸਾਨ ਦਿਖਾ ਸਕਦੀ ਹਾਂ। ਉਸੇ ਤਰ੍ਹਾਂ ਇੱਕ ਹੋਰ ਇਨਸਾਨ ਸਾਈਡ 'ਤੇ ਖੜ੍ਹਾ ਹੋ ਸਕਦਾ ਹੈ ਅਤੇ ਇੱਕ ਬਿਲਕੁਲ ਨੀਚੇ। ਇਸ ਤਰ੍ਹਾਂ ਇਹ ਸਾਰੀ ਹੀ ਬੋਲ ਇਨਸਾਨਾਂ ਨਾਲ ਭਰੀ ਹੋ ਸਕਦੀ ਹੈ ਪਰ ਜੋ ਨੀਚੇ ਖੜ੍ਹਾ ਹੈ ਉਹ ਗਿਰੇਗਾ ਨਹੀਂ ਕਿਉਂਕਿ ਧਰਤੀ ਦੀ ਗੁਰੂਤਵਾ ਸ਼ਕਤੀ ਉਸਨੂੰ ਖਿੱਚ ਰਹੀ ਹੈ। ਇਸ ਤਰ੍ਹਾਂ ਕੋਈ ਵੀ ਇਨਸਾਨ ਕਿਤੇ ਵੀ ਖੜ੍ਹਾ ਹੋਵੇ ਉਹ ਧਰਤੀ ਦੇ ਸੈਂਟਰ ਵੱਲ ਗੁਰੂਤਵਾ ਸ਼ਕਤੀ ਕਰਕੇ ਖਿੱਚਿਆ ਜਾਂਦਾ ਹੈ। ਇਸ ਲਈ ਇਸ ਦਰੱਖਤ ਦੀ ਖਗੋਲੀ ਮਹੱਤਤਾ ਵੀ ਬਹੁਤ ਹੈ।